ਹਾਂਜੀ ਸਰ ਨੂੰ ਸასი ਸ਼ਾਲ ਸਲਾਮ ਨਮਸਕਾਰ ਜੀ ਅੰਦੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਚੰਨੂ ਇਹ ਤੇ ਸਬਸਕ੍ਰਾਈਬ ਕਰਨੇ ਕੀਤਾ ਤੇ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੀਓ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਕੁਝ ਖਾਸ ਗੱਲਾਂ ਜਿਹੜੀਆਂ ਤੁਹਾਨੂੰ ਦੱਸਣੀਆਂ ਤੇ ਇਸ ਕਰਕੇ ਵੀਡੀਓ ਨੂੰ ਪੂਰਾ ਹੀ ਦੇਖਿਓ ਜੇ ਤੁਸੀਂ ਯੂਟਿਊਬ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਵਾਸਤੇ ਇੱਕ ਗੁੱਡ ਨਿਊਜ਼ ਹੈ ਬਾਕੀ ਇਸ ਤੋਂ ਇਲਾਵਾ ਜਿਹੜਾ 100 ਯੂਰੋ ਇੱਕ ਹਫ਼ਤੇ ਦਾ ਜਿਹੜਾ ਕਿਹਨਾ ਪਰਿਵਾਰਾਂ ਨੂੰ ਮਿਲੇਗਾ ਬੱਚਿਆਂ ਦੇ ਵਾਸਤੇ ਦੇ ਬਾਰੇ ਵੀ ਤੁਹਾਨੂੰ ਇਸ ਵੀਡੀਓ ਵਿੱਚ ਹੀ ਦੱਸਾਂਗੇ ਤੇ ਵੀਡੀਓ ਤੁਹਾਨੂੰ ਬੇਨਤੀ ਹੈ ਕਿ ਪੂਰਾ ਹੀ ਦੇਖਿਓ ਬਾਕੀ ਇਸ ਤੋਂ ਇਲਾਵਾ ਇੱਕ 200 ਯੂਰੋ ਦਾ ਜਿਹੜਾ ਬੋਨਸ ਹੈ ਜੀ ਇਹ ਕਿਸ-ਕਿਸ ਨੂੰ ਮਿਲ ਸਕਦਾ ਇਹਦੇ ਵਿੱਚ ਨਵੀਆਂ categories ਕਿਹੜੀਆਂ ਸ਼ਾਮਲ ਹਨ ਇਹਦੇ ਬਾਰੇ ਵੀ ਇਸ ਵੀਡੀਓ ਵਿੱਚ ਦੱਸਾਂਗੇ ਬਾਕੀ ਜਿਹੜੀ ਇੱਕ ਸਪੈਸ਼ਲ ਖਬਰ ਹੈ ਜਿਹੜੇ ਲੋਕ ਇਟਲੀ ਦੇ ਵਿੱਚ ਕੰਮ ਕਰਦੇ ਹਨ ਮਤਲਬ ਕੰਮ ਉਹ ਕਿਸੇ ਤਰ੍ਹਾਂ ਦੇ ਹੋ ਸਕਦਾ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਕਿ ਤੁਹਾਨੂੰ ਜਿਹੜੇ ਇਹ ਪੈਸੀਵ ਮਿਲਣੇ ਹਨ ਜਾਂ ਨਹੀਂ ਮਿਲਣੇ ਇਹਦੇ ਵਿੱਚ ਇਸ ਤਰ੍ਹਾਂ ਇੱਕ ਜਿਹੜਾ ਹਰ ਮਹੀਨੇ 170 ਯੂਰੋ ਮਿਲਣ ਦੀ ਸੰਭਾਵਨਾ ਬਣਦੀ ਹੈ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚਲੀਏ ਕਿ ਜਿਹੜੀ ਸਪੈਸ਼ਲ ਖਬਰ ਇਸ ਤਰ੍ਹਾਂ ਹੈ ਕਿ ਤੁਸੀਂ ਇੱਕ ਯੂਰੋ ਜਿਹੜਾ ਹੈ ਜੀ ਦੇਖਿਆ ਹੋਵੇਗਾ ਮਨੇਤਾ ਜਾਨੀ ਕਿ ਇੱਕ ਯੂਰੋ ਦਾ ਇੱਕ ਸਿੱਕਾ ਹੁਣ ਇਸ ਸਿੱਕੇ ਨੂੰ ਜੇ ਤੁਸੀਂ ਦੇਖਦੇ ਹੋ ਧਿਆਨ ਦੇ ਨਾਲ ਇਹਦੇ ਉੱਤੇ ਕਾਫੀ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਆਉਂਦੀਆਂ ਜੇ ਤੁਹਾਡੇ ਕੋਲ ਇੱਕ ਗ੍ਰੀਸ ਦਾ ਬਣਿਆ ਹੋਇਆ ਸਿੱਕਾ ਜਿਹਦੇ ਉੱਤੇ ਜਿਹੜੀ ਇੱਕ ਉੱਲੂ ਦੀ ਫੋਟੋ ਬਣੀ ਹੋਈ ਹੈ ਜੇ ਕਿਸੇ ਵੀਰ ਦੇ ਕੋਲ ਵੀ ਗ੍ਰੀਸ ਦਾ ਬਣਿਆ ਹੋਇਆ ਇਹ ਸਿੱਕਾ ਤੁਹਾਨੂੰ ਇੱਥੇ ਦੱਸ ਦਈਏ ਕਿ ਜਿਹੜੇ ਸਿੱਕੇ ਹਨ ਇਹ ਨੇ ਪੂਰੇ ਯੂਰਪ ਦੇ ਵਿੱਚ ਚੱਲਦੇ ਹਨ ਕਿਉਂਕਿ ਯੂਰਪ ਦੇ ਵਿੱਚ ਜਿੱਦਾਂ ਕਿ ਪੂਰੇ ਯੂਰੋ ਜਿਹੜਾ ਗ੍ਰੀਸ ਦੇ ਵਿੱਚ ਬਣਿਆ ਹੋਇਆ ਗ੍ਰੀਚਾ ਦੇ ਵਿੱਚ ਤੇ ਦੇ ਉੱਤੇ ਇੱਕ ਉੱਲੂ ਦੀ ਫੋਟੋ ਬਣੀ ਹੋਈ ਹੈ ਜੇ ਕਿਸੇ ਦੇ ਕੋਲ ਵੀ ਇਹ ਸਿੱਕਾ ਹੋਵੇ ਤੋ ਵੀਰ ਜਿਹੜੇ ਹੈ ਜੀ ਉਸ ਨੂੰ ਸੰਭਾਲ ਕੇ ਰੱਖ ਲਵੇ ਕਿਉਂਕਿ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਕੋਈ ਵੀ ਮੁੱਲ ਜਿਹੜਾ ਹੈ ਜੀ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਮਤਲਬ ਇਸ ਦਾ ਕੋਈ ਖਾਸ ਮੁੱਲ ਨਹੀਂ ਦੱਸਿਆ ਜਾ ਰਿਹਾ ਬਹੁਤ ਜ਼ਿਆਦਾ ਮੁੱਲ ਇਸ ਦਾ ਮਿਲ ਸਕਦਾ ਹੈ ਫਿਲਹਾਲ ਇਹਦੇ ਬਾਰੇ ਇਹ ਹੀ ਦੱਸਿਆ ਗਿਆ ਕਿ ਇੱਕ ਖਾਸ ਚੰਗਾ ਜਾਨੀ ਕਿ ਰਾਤਾਂ ਦਾਸ਼ੀ ਤੁਸੀਂ ਇਸ ਦੀ ਪ੍ਰਾਪਤ ਕਰ ਸਕਦੇ ਹੋ ਔਨਲਾਈਨ ਜੇ ਕਿਸੇ ਵੀ ਵੀਰ ਦੇ ਕੋਲੇ ਇੱਕ ਯੂਰੋ ਦਾ ਸਿੱਕਾ ਆ ਜਾਂਦਾ ਹੈ ਤੇ ਕਿਰਪਾ ਕਰਕੇ ਇਸ ਨੂੰ ਚੰਗੀ ਸੰਭਾਲ ਕੇ ਰੱਖੋ ਇਸ ਨੂੰ ਵਿਰਥ ਹੀ ਨਾ ਗਵਾਵੋ ਹੋ ਸਕਦਾ ਹੈ ਕਿ ਤੁਸੀਂ ਇਸ ਦੇ ਵੱਡੇ ਹਜ਼ਾਰਾਂ ਯੂਰੋ ਵੀ ਕਮਾ ਸਕੋ ਚਲਦੇ ਜੇ ਆਪਣੇ ਨੈਕਸਟ ਅਪਡੇਟ ਤੇ ਇਸ ਤਰ੍ਹਾਂ ਹੋਇਆ ਹੈ ਕਿ ਫਾਬਰੂ E1 ਜਿਹੜਾ ਆਟੋਸਟਰਾਡ ਹੈ ਜਿਹਦੇ ਉੱਤੇ ਅੱਜ ਇੱਕ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਹੋਇਆ ਹੈ ਜੀ ਇੱਕ ਪਾਸੇ ਇੱਕ ਸ਼ਹਿਰ ਜਿਹੜਾ ਪਿੰਦਾ ਫਾਬਰੂ ਤੋਂ ਦੂਜੇ ਪਾਸੇ ਕਯੂਜੀ ਇਸ ਐਕਸੀਡੈਂਟ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਤਿੰਨ ਜਿਹੜੀਆਂ ਭਾਰੀ ਗੱਡੀਆਂ ਇਸ ਦੇ ਵਿੱਚ ਇਨਵੋਲਵ ਸਨ ਤੇ ਪੰਜ ਕਾਰਾਂ ਇਸ ਦੇ ਵਿੱਚ ਇਨਵੋਲਵ ਹੋਈਆਂ ਹਨ ਟੋਟਲ 8 ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਇਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਤਕਰੀਬਨ ਦੱਸਿਆ ਗਿਆ ਕਿ ਦੋ ਲੜਕੀਆਂ ਦੀ ਇਸ ਦੇ ਵਿੱਚ ਮੌਤ ਹੋਈ ਹੈ ਤੇ 8 ਲੋਕ ਜਿਹੜੇ ਜ਼ਖਮੀ ਹੋਏ ਹਨ। ਤਕਰੀਬਨ 4 ਜਿਹੜੇ ਜ਼ਖਮੀ ਲੋਕਸਾਂ ਇਹਨਾਂ ਨੂੰ ਗੱਡੀਆਂ ਦੇ ਵਿੱਚੋਂ ਖਿੱਚ ਕੇ ਬਾਹਰ ਕੱਢਿਆ ਗਿਆ ਹੈ। ਤੇ ਦੂਜੇ ਪਾਸੇ 7-7 ਕਿਲੋਮੀਟਰ ਜਿਹੜੀਆਂ ਲੰਬੀਆਂ ਲਾਈਨਾਂ ਲੱਗ ਚੁੱਕੀਆਂ ਹਨ ਜਿੱਦਾਂ ਕਿ ਟ੍ਰੈਫਿਕ ਜਾਮ ਹੋ ਚੁੱਕਾ ਹੈ ਇਸ ਐਕਸੀਡੈਂਟ ਦੀ ਵਜ੍ਹਾ ਦੇ ਨਾਲ। ਹੁਣ ਚੱਲਦੇ ਹਾਂ ਜੀ ਆਪਣੀ 200 ਯੂਰੋ ਵਾਲੀ ਖ਼ਬਰ ਦੇ ਉੱਤੇ ਕਿ 200 ਯੂਰੋ ਜਿਹੜਾ ਬਹੁਤ ਸਾਰੇ ਵੀਰਾਂ ਨੇ ਦੱਸਿਆ ਸੀ ਕਿ ਉਹਨਾਂ ਨੇ ਜਿਹੜੇ ਫਾਰਮਾਂ ਦੇ ਉੱਤੇ ਸਾਈਨ ਕਰ ਦਿੱਤੇ ਹਨ। ਦੋਨੋਂ ਆਪਣੇ ਦਿੱਤੇ ਵੱਲੋਂ ਜਿਹੜੇ ਫਾਰਮ ਮਿਲੇ ਹਨ ਤੇ ਜਿਹਨਾਂ ਲੋਕਾਂ ਨੇ ਕੋਪਰੇਟਿਵਾ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਉਹਨਾਂ ਨੂੰ ਵੀ ਕੋਪਰੇਟਿਵਾ ਦੇ ਵੱਲੋਂ ਫਾਰਮ ਮਿਲ ਚੁੱਕੇ ਹਨ ਬਾਕੀ ਬਹੁਤੇ ਵੀਰਾਂ ਦੇ ਮੰਦੇ ਵਿੱਚ ਇੱਕ ਸਵਾਲ ਸੀ ਕਿ 200 ਯੂਰੋ ਜਿਹੜਾ ਹੈ ਜੀ ਲਗਾਤਾਰ ਹਰ ਮਹੀਨੇ ਮਿਲੇਗਾ ਜਾਂ ਇੱਕ ਵਾਰੀ ਮਿਲੇਗਾ ਕਿ ਜਿਹੜਾ ਇੱਕ ਵਾਰ ਹੀ ਮਿਲਣਾ ਹੈ ਇਹ ਜਿਹੜਾ ਪੈਸਾ ਇਸ ਕਰਕੇ ਦਿੱਤਾ ਜਾ ਰਿਹਾ ਕਿਉਂਕਿ ਲੋਕਾਂ ਦੇ ਉੱਤੇ ਇੱਕ ਤਰ੍ਹਾਂ ਦਾ ਬੋਝ ਵੱਧ ਚੁੱਕਾ ਸੀ ਜਿੱਦਾਂ ਕਿ ਪੈਟਰੋਲ ਗੈਸੀਆਂ ਕੀਮਤਾਂ ਜਿੱਦਾਂ ਕਿ ਡੀਜ਼ਲ ਦੀਆਂ ਕੀਮਤਾਂ ਵਧੀਆਂ ਤੇ ਇਹਦੇ ਕਰਕੇ ਲੋਕਾਂ ਨੂੰ ਇੱਕ ਥੋੜੀ ਜਿਹੀ ਰਾਹਤ ਦਿੱਤੀ ਗਈ ਹੈ ਕਿ ਇਟਲੀ ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਜਿਨ ਤਨਖਾਹਾਂ ਵਗੈਰਾ ਨਹੀਂ ਵਧ ਰਹੀਆਂ ਸੋ ਇਸ ਕਰਕੇ ਗਵਰਨਮੈਂਟ ਨੇ ਦੇਖਿਆ ਕਿ ਜਿਹੜੀ ਲੋਕਾਂ ਦੀ ਆਮਦਨ ਉਹੀ ਹੈ ਪਹਿਲਾਂ ਵਾਲੀ ਤੇ ਖਰਚੇ ਵੱਧ ਚੁੱਕੇ ਹਨ ਸੋ ਇਸ ਕਰਕੇ 200 ਯੂਰੋ ਜਿਹੜਾ ਹੈ ਜੀ ਇਹਦੇ ਵਿੱਚ ਇੱਕ ਨਵੀਂ ਕੈਟਾਗਰੀ ਸ਼ਾਮਲ ਕੀਤੀ ਜਾ ਰਹੀ ਹੈ ਜਿਹੜੇ ਕਿ ਮਾਸਟਰ ਵਗੈਰਾ ਹਨ ਟੀਚਰ ਵਗੈਰਾ ਹਨ ਬਾਕੀ ਜਿਉਂਕਿ ਸਰਕਾਰੀ ਸਕੂਲ ਜਿਹੜੇ ਹਨ ਉਹਨਾਂ ਦੇ ਵਿੱਚ ਵੀ ਕੋ ਟੀਚਰ ਵਗੈਰਾ ਲੱਗਾ ਹੋਇਆ ਜਾਂ ਪ੍ਰਾਈਵੇਟ ਸਕੂਲ ਵੀ ਹਨ ਉਨੋਈ ਵਿੱਚ ਵੀ ਅਗਰ ਕੋਈ ਟੀਚਿੰਗ ਵਗੈਰਾ ਦਾ ਜਿਹੜਾ ਕੰਮ ਕਰਦਾ ਕੋਈ ਐਜੇ ਜਿੱਦਾਂ ਕਿ ਟੀਚਰ ਤੇ ਉਹਨਾਂ ਲੋਕਾਂ ਦੇ ਵਾਸਤੇ ਵੀ ਖੁਸ਼ਖਬਰੀ ਹੈ ਕਿ ਜੀ ਉਹਨਾਂ ਦੀ ਤਨਖਾਹ 35000 ਯੂਰੋ ਤੋਂ ਜਿਹੜੀ ਰਹੀ ਤੋਂ ਘੱਟ ਹੈ ਤਾਂ ਉਹ ਵੀ 200 ਯੂਰੋ ਲੈਣ ਦੇ ਹੱਕਦਾਰ ਹਨ ਬਾਕੀ ਜਦੋਂ ਤੁਸੀਂ ਸੜਕ ਦੇ ਕੋਈ ਨਜਮ ਵਗੈਰਾ ਤੋੜਦੇ ਹੋ ਜਿੱਦਾਂ ਕਿ ਇੰਡੀਆ ਦੇ ਵਿੱਚ ਲੋਕ ਨਜਮ ਭੰਗ ਕਰਦੇ ਹਨ ਕੋਈ ਚਲਾਨ ਵਗੈਰਾ ਉਹਨਾਂ ਦਾ ਹੁੰਦਾ ਹੈ ਤਾਂ ਲੋਕਾਂ ਨੂੰ ਪਤਾ ਹੈ ਕਿ ਕੋਈ ਜੁਰਮਾਨੇ ਵਗੈਰਾ ਜ਼ਿਆਦਾ ਨਹੀਂ ਹੁੰਦੇ ਤੇ ਇਸ ਕਰਕੇ ਲੋਕ ਬਹੁਤਾ ਖਿਆਲ ਨਹੀਂ ਰੱਖਦੇ ਇਟਲੀ ਦੇ ਵਿੱਚ ਜੁਰਮਾਨੇ ਵਗੈਰਾ ਕਿੰਨੇ ਹੁੰਦੇ ਹਨ ਇਹ ਸੁਣ ਕੇ ਤਾਂ ਡੇ ਜਿਹੜੇ ਹੋ ਕਿਉਂਕਿ ਇਟਲੀ ਦੇ ਵਿੱਚ ਇੱਕ ਜਿਹੜਾ ਨਾਰਮਲ ਬੰਦਾ ਹੈ ਜੀ ਕਈ ਵਾਰ 7-800 ਰੁਪਈਆ ਹੀ ਯੂਰੋ ਹੀ ਮਹੀਨੇ ਦਾ ਮਸੀ ਕਮਾਉਂਦਾ ਹੈ ਤੇ ਦੂਜੇ ਪਾਸੇ ਜੇ ਕਿਸੇ ਦਾ ਵਧੀਆ ਕੰਮ ਵੀ ਹੋਵੇ ਤਾਂ ਕਿ 11500-2000 ਯੂਰੋ ਤੱਕ ਕਮਾ ਸਕਦਾ ਹੈ ਤੇ ਜੇ ਕਿਸੇ ਨੂੰ ਕੋਈ ਮੂਲਤਾ 6000 ਯੂਰੋ ਦਾ ਆਉਂਦਾ ਹੈ ਤਾਂ ਉਹ ਬੰਦੇ ਦਾ ਕੀ ਹਾਲ ਹੋਵੇਗਾ ਇਸੇ ਤਰ੍ਹਾਂ ਹੀ ਇੱਕ ਆਦਮੀ ਨੂੰ ਮੂਲਤਾ ਹੋਇਆ ਹੈ ਜੀ 6000 ਯੂਰੋ ਦਾ ਤੇ ਹੁਣ ਉਸ ਨੂੰ ਜਿਹੜਾ 6000 ਯੂਰੋ ਪੇ ਕਰਨਾ ਪਵੇਗਾ ਬਾਕੀ ਜਦੋਂ 6000 ਯੂਰੋ ਦਾ ਜੁਰਮਾਨਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਕੀ ਕੀਤਾ ਕਿ ਜਿਹੜਾ ਇਸ ਕਾਰ ਨੂੰ ਚੁਰਾਉਣ ਵਾਲਾ ਡਰਾਈਵਰ ਸੀ ਉਸ ਤਾਂ ਕਿ ਜਿਹੜੀ ਉਸਨੇ ਵਾਇਓਲੇਸ਼ਨ ਕਿਉਂ ਕੀਤੀ ਜਿਹੜੇ ਹਾਈਵੇ ਦੇ ਕੋਡ ਸਨ ਕਿਉਂ ਤੋੜੇ ਹਨ ਇਹਦੇ ਵਾਸਤੇ ਜਿਹੜੀ ਇਨਵੈਸਟੀਗੇਸ਼ਨ ਅੱਗੇ ਕੀਤੀ ਜਾਵੇ ਕਿਉਂਕਿ ਇਟਲੀ ਦੇ ਵਿੱਚ ਅਗਰ ਕੋਈ ਬੰਦਾ ਕਾਬੂ ਹੋ ਜਾਂਦਾ ਤਾਂ ਫਿਰ ਉਸ ਨੂੰ ਜਿਹੜਾ ਸੌਖੇ ਤਰੀਕੇ ਦੇ ਨਾਲ ਨਹੀਂ ਛੱਡਿਆ ਜਾਂਦਾ ਬਹੁਤ ਦੂਰ ਤੱਕ ਜਿਹੜਾ ਹੈ ਜੀ ਕੰਮ ਜਾਂਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਬੰਦਾ ਜਦੋਂ ਕਿਤੇ ਪਾਰਕਿੰਗ ਵਗੈਰਾ ਜਿੱਦਾਂ ਕਿ ਪਾਰਕਿੰਗ ਦੇ ਵਿੱਚ ਜੋ ਤੁਸੀਂ ਗੱਡੀ ਖੜੀ ਕਰ ਦਿਓ ਉਸਤੇ ਮਗਰ ਗਲਤ ਪਾਰਕਿੰਗ ਲੱਗਦੀ ਹੈ ਤਾਂ ਉਸ ਟਾਈਮ ਵੀ ਜਿਹੜਾ ਜੁਰਮਾਨਾ ਹੁੰਦਾ ਹੈ ਹੁਣ ਇਸ ਬੰਦੇ ਨੂੰ ਜਿਹੜਾ ਇੰਨਾ ਜ਼ਿਆਦਾ ਜੁਰਮਾਨਾ ਇਸ ਕਰਕੇ ਕੀਤਾ ਗਿਆ ਕਿਉਂਕਿ ਦੋ ਕੰ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਜਿਹੜੀਆਂ ਦੋ ਕੰਡੀਸ਼ਨ ਤੁਹਾਨੂੰ ਦੱਸ ਰਿਹਾ ਅਗਰ ਇਹਨਾਂ ਕਿਸੇ ਬੰਦੇ ਦੇ ਵਿੱਚ ਮਿਲਦੀਆਂ ਤੇ ਉਸ ਨੂੰ ਹਸਪਤਾਲ ਵੀ ਲਿਆਣਾ ਲਾਜ਼ਮੀ ਹੋ ਜਾਂਦਾ ਹੈ ਇੱਕ ਤਾਂ ਉਸ ਤਰ੍ਹਾਂ ਲੱਗ ਰਿਹਾ ਸੀ ਕਿ ਜਿੱਦਾਂ ਕਿ ਉਸਨੇ ਕੁਝ ਨਸ਼ਾ ਪਤਾ ਜਿੱਦਾਂ ਕਿ ਕੀਤਾ ਹੋਇਆ ਤੇ ਇਸ ਕਰਕੇ ਇੱਕ ਜਿਹੜਾ ਨਿਯਮ ਉਸ ਦੇ ਉੱਤੇ ਲਾਗੂ ਹੁੰਦਾ ਸੀ ਦੂਜਾ ਉਸਨੇ ਜਿਹੜਾ ਇੱਕ ਰੋਡ ਐਕਸੀਡੈਂਟ ਕੀਤਾ ਸੀ ਜਿਹਦੇ ਵਿੱਚ ਉਹ ਬੰਦਾ ਇਨਵੋਲਵ ਸੀ ਇਸ ਤਰ੍ਹਾਂ ਦੋ ਘਟਨਾਵਾਂ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਤੇ ਹੁਣ ਜਿਹੜਾ 600000 ਦਾ ਮੁੱਲ ਤਾਂ ਹੈ ਜੀ ਉਸ ਨੂੰ ਦੇਣਾ ਪਵੇਗਾ ਹੋਰ ਚਲਦੇ ਆ ਜੀ ਆਪਣੀ ਅਗਲੀ ਖਬਰ ਤੇ ਅਗਲੀ ਖਬਰ ਜਿਹੜੀ ਆਪਣੀ ਉਹਨਾਂ ਲੋਕਾਂ ਦੇ ਨਾਲ ਸੰਬੰਧ ਜਿਹੜੇ ਇਟਲੀ ਦੇ ਵਿੱਚ ਕੰਮ ਕਰ ਰਹੇ ਹਨ ਇਹ ਖਬਰ ਸੁਣ ਕੇ ਸ਼ਾਇਦ ਤੁਹਾਨੂੰ ਵੀ ਲੱਗੇਗਾ ਕਿ ਤੁਹਾਡੇ ਜਿਹੜੇ 170 ਯੂਰੋ ਤੁਹਾਡੇ ਵੀ ਵਧਣਗੇ ਹਰ ਮਹੀਨੇ ਜਾਂ ਨਹੀਂ ਵਧਣਗੇ ਸੋ ਵੀਡੀਓ ਦੀ ਖਬਰ ਜਿਹੜੀ ਇਸ ਨੂੰ ਧਿਆਨ ਦੇ ਨਾਲ ਸੁਣੀਓ ਖਬਰ ਜਿਹੜੀ ਇਸ ਤਰ੍ਹਾਂ ਆਈ ਹੈ ਕਿ ਉਮੈਂਤੋ ਇਨਬੂਸਤੋ ਪਾਗਾ ਦੀ 170 ਯੂਰੋ ਅਲਮੇਜ਼ੇ ਲਾ ਜੂਇਆ ਦੇ ਲਈ ਇਤਰੀਆਨੀ ਪੇਰਲਾ ਮੋਸਸਾ ਦੇਲਗਵਰਨ ਇਹਦੇ ਵੀ ਤੁਹਾਨੂੰ ਦੱਸ ਦਈਏ ਕਿ ਇਟਲੀ ਦੇ ਵਿੱਚ ਵਿਅਸੇ ਦਾ 6 ਕਰੋੜ ਦੀ ਵਾਦੀ ਹੈ ਤੇ ਤਕਰੀਬਨ 545 ਮਿਲਾ ਲੈਬੋਰਟਰੀ ਜਿਹੜੇ ਹਨ ਜਿਨ੍ਹਾਂ ਨੂੰ ਇਸ ਦਾ ਫਾਇਦਾ ਹੋਵੇਗਾ ਮਤਲਬ ਕਿ 545 ਮਿਲੇ ਲਬੋਰਟਰੀ ਦਾ ਮਤਲਬ ਹੋ ਗਿਆ ਕਿ 5 ਲੱਖ 45 ਹਜ਼ਾਰ ਲੋਕ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਇਸ ਦਾ ਫਾਇਦਾ ਹੋਵੇਗਾ ਇਹਦੇ ਵਿੱਚ ਮਤਲਬ ਇਹ ਨਿਕਲਦਾ ਹੈ ਕਿ ਸਾਰੇ ਲੋਕਾਂ ਨੂੰ ਜਿਹੜੇ ਪੈਸੇ ਵਧ ਕੇ ਨਹੀਂ ਮਿਲਣਗੇ ਕੁਝ ਖਾਸ ਕੈਟਾਗਰੀ ਵਾਲੇ ਲੋਕਾਂ ਦੇ ਜਿਹੜੇ ਇੰਨੇ ਜ਼ਿਆਦਾ ਪੈਸੇ ਹਰ ਮਹੀਨੇ ਵਧਣਗੇ ਜਿਹਦੇ ਵਿੱਚ 170 ਯੂਰੋ ਤੱਕ ਦਾ ਜਿਹੜਾ ਵੜੋਤਰੀ ਦੱਸੀ ਗਈ ਹੈ ਹੁਣ ਇਹਦੇ ਵਿੱਚ ਇਸ ਤਰ੍ਹਾਂ ਦੱਸਿਆ ਗਿਆ ਹੈ ਕਿ 90 ਯੂਰੋ ਤੋਂ ਲੈ ਕੇ ਪ੍ਰਤੀ ਮਹੀਨੇ ਮਤਲਬ ਮਿਨੀਮਮ ਜਿਹੜਾ 90 ਯੂਰੋ ਹੈ ਤੇ ਮੈਕਸਿਮਮ 170 ਯੂਰੋ ਹਰ ਮਹੀਨੇ ਤੱਕ ਜਿਹੜਾ ਵਾਧੇ ਕੀ ਤਨਖਾਹ ਮਿਲ ਸਕਦੀ ਹੈ ਦੱਸਿਆ ਹੈ ਕਿ ਜਿਨ੍ਹਾਂ ਦੀ ਜਿਹੜੀ ਸੈਲਰੀ ਹੈ ਜੀ 10000 ਤੋਂ ਲੈ ਕੇ 20000 ਦੇ ਵਿੱਚ ਵਿੱਚ ਇਹਨਾਂ ਦੀ ਆਉਂਦੀ ਹੈ ਉਹਨਾਂ ਦੇ ਵਾਸਤੇ ਜਿਹੜਾ ਇਹ ਨਿਯਮ ਲਾਗੂ ਹੋ ਸਕਦਾ ਹੈ ਤੇ ਨਾਲ ਹੀ ਇੱਕ ਹੋਰ ਚੀਜ਼ ਦੱਸੀ ਹੈ ਕਿ ਜਿਹੜੇ ਲੋਕ ਨਾਈਟ ਵਗੈਰਾ ਕਰਦੇ ਹਨ ਰਾਤ ਦੀਆਂ ਸ਼ਿਫਟਾਂ ਲਾਉਂਦੇ ਹਨ ਤੁਹਾਨੂੰ ਇੱਥੇ ਦੱਸ ਜਾਈਏ ਕਿ ਬਹੁਤ ਈ ਲੋਕ ਜਿਹੜਾ ਰਾਤਾਂ ਨੂੰ ਸ਼ਿਫਟਾਂ ਵਿੱਚ ਕੰਮ ਕਰਦੇ ਹਨ ਉਹਨਾਂ ਦੀ ਤਾਂ ਸੈਲਰੀ ਵੈਸੇ ਹੀ ਬਾਕੀਆਂ ਨਾਲੋਂ ਜ਼ਿਆਦਾ ਉਹਨਾਂ ਨੂੰ ਪੈਸੇ ਮਿਲਦੇ ਹਨ ਕਿਉਂਕਿ ਜਿਹੜਾ ਰਾਤ ਨੂੰ ਕੰਮ ਕਰਨਾ ਹੁੰਦਾ ਉਹਦੇ ਵਿੱਚ ਕ ਹੁਣ ਜਿੱਦਾਂ ਕਿ 2 ਯੂਰੋ ਤੇ 74 ਸੈਂਟ ਤੋਂ ਹੀ ਪਤਾ ਕਿ 4 ਯੂਰੋ ਤੱਕ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਇੰਨੇ ਪੈਸੇ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਵੱਧ ਮਿਲ ਸਕਦੇ ਹਨ ਮਤਲਬ ਕਿ ਜੇ ਕੋਈ ਬੰਦਾ ਰਾਤ ਲਾਉਂਦਾ ਹੈ ਤੇ ਉਸ ਨੂੰ 32 ਯੂਰੋ ਜਿਹੜੇ 8 ਘੰਟੇ ਦੇ ਪਿੱਛੇ ਵੱਧ ਮਿਲ ਸਕਦੇ ਹਨ ਇਹ ਕਾਮਦਾਨ ਵਾਲੇ ਬੰਦੇ ਨਾਲ ਹੁਣ ਚਲਦੇ ਹਾਂ ਜੀ ਆਪਣੀ ਅਗਲੀ ਖਬਰ ਦੇਤੀ ਅਗਲੀ ਖਬਰ ਇਸ ਤਰ੍ਹਾਂ ਇੱਕ ਲਿਖਿਆ ਹੋਇਆ ਹੈ ਜਿਸ ਤਰ੍ਹਾਂ ਕਿ ਨਿਊਜ਼ ਆਈ ਹੈ ਚੈਂਤੋ ਯਰੋ ਲਾਸ ਸੈਦੀਮਾਨਾ ਨੋਵੋ ਬੋਨਸ ਐਸਟੀਵੋ ਪਰਫੀਲੀ ਆਕਾਰਿਕੋ 14 ਅਨੀ ਡਾਕੂਮੈਂਟੋ ਇਜ਼ੇ ਇਹ ਯੂਰਨਾਮੈਂਟੋ ਜਿਹੜੀ ਬਿਲਕੁਲ ਅੱਜ ਦੀ ਯੂਰਨਾਮੈਂਟੋ ਹੈ ਹੁਣ ਜਿੰਨੇ ਕੋ ਬੋਨਸ ਸਿਸਟਮ ਤੁਸੀਂ ਸੁਣ ਰਹੇ ਹੋ ਸਕਦਾ ਹੈ ਕਿ ਲੋਕਾਂ ਨੂੰ ਇਹ ਲੱਗੇ ਕਿ ਸਰਕਾਰ ਜਿਹੜੀ ਹੈ ਜੀ ਪੈਸੇ ਵੰਡਨੇ ਸ਼ੁਰੂ ਕਰ ਚੁੱਕੀ ਇਟਲੀ ਦੇ ਵਿੱਚ ਹੁਣ ਜਿਹਨਾਂ ਫੈਮਲੀਆਂ ਵਿੱਚ ਇੱਕ ਬੰਦਾ ਕੰਮ ਕਰਦਾ ਹੈ ਉਹਨਾਂ ਦੀ ਫੈਮਲੀਆਂ ਦੇ ਵਿੱਚ ਇਸ ਤਰ੍ਹਾਂ ਦੀ ਕਿ ਕਾਫੀ ਜਿਹੜੀ ਡਿਫਿਕਲਟੀ ਹੁੰਦੀ ਹੈ ਲੋਕਾਂ ਨੂੰ ਬਿੱਲ ਵਗੈਰਾ ਦੇਣ ਦੇ ਵਿੱਚ ਕਿਉਂਕਿ ਇੱਕ ਬੰਦਾ ਅਗਰ ਘਰ ਦੇ ਵਿੱਚ ਕੰਮ ਕਰੇ ਪੂਰੀ ਫੈਮਲੀ ਰਹਿੰਦੀ ਹੋਵੇ ਤਾਂ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਜਾਂਦੇ ਹਨ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸਰਕਾਰ ਇਹਨਾਂ ਚੀਜ਼ਾਂ ਤੋਂ ਵਾਕਿਵ ਹੈ ਹੁਣ ਇਹ ਸਕੀਮ ਉਹਨਾਂ ਲੋਕਾਂ ਦੇ ਵਾਸਤੇ ਆਈ ਹੈ ਜਿਨ੍ਹਾਂ ਦੀ ਕੀ ਰੈਦੀ ਤੋਂ ਦੀ ਵਾਜ਼ੀ ਯੂਨੀਵਰਸਲ ਹੈ ਜਿੱਦਾਂ ਕੀ ਤਸਲੇਰੀਓ ਮਿਨੀਮਮ ਹੈ ਮਤਲਬ ਤਨਖਾਹ ਜਿਹੜੀ ਮਿਨੀਮਮ ਜਿਨ੍ਹਾਂ ਨੂੰ ਮਿਲ ਰਹੀ ਹੈ ਜੇ ਉਹਨਾਂ ਦੇ ਘਰ ਦੇ ਵਿੱਚ ਤੈਨ ਤੋਂ ਲੈ ਕੇ 14 ਸਾਲ ਤੱਕ ਦੇ ਕੋਈ ਬੱਚੇ ਹਨ ਤੇ ਫਿਰ ਉਹਨਾਂ ਨੂੰ ਜਿਹੜਾ ਇਹ ਬੋਨਸ ਮਿਲ ਸਕਦਾ ਹੈ ਬਾਕੀ ਫਿਲਹਾਲ ਜਿਸ ਬੋਨਸ ਦੇ ਬਾਰੇ ਜਿੰਨੀ ਇੱਕ ਜਾਣਕਾਰੀ ਮਿਲੀ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜਾ ਬੋਨਸ ਹੈ ਜੀ 100 ਯੂਰੋ ਇੱਕ ਹਫ਼ਤੇ ਦਾ ਮਿਲੇਗਾ ਜਿਸ ਤਰ੍ਹਾਂ ਕਿ ਤੁਹਾਨੂੰ ਟਾਲਿਨ ਪਾਸ਼ਾ ਦੇ ਵਿੱਚ ਵੀ ਸੁਣਾਉਣਾ ਹੈ ਕਿ ਕੁਇਸਟੋ ਇਪਾਰਟਿਕੂਲਰਮੈਂਟੇ ਕੁਇਸਟੋ ਦੋਪੋ ਉਨਾਨੋ ਤ੍ਰਾਸਕੁਰਸੋ ਤਰਾ ਇ ਬੈਂਕ ਦੀ ਸਕੂਲਾ ਤੂਤ ਰੈਸਪੇਜ਼ੇਰੇ ਲੇ ਤੇ ਵਲ ਚੈਨਟ੍ਰੋ ਐਸਟਿਵੋ ਸਲਾਨੂੰ ਅਜਿਵੁਲਾ ਤੇ ਨੇਲਾ ਮਿਜ਼ੂਰਾ ਮਾਸੀਮਾ ਦੀ 700 ਰੁਪਏ ਰ 19 ਸੈਟਿਮਾਨਾ ਹੁਣ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਹਰ ਹਫਤੇ ਜਿਹੜੇ 100 ਯੂਰੋ ਮਿਲਣਗੇ ਬਾਕੀ ਇਸ ਬੋਨਸ ਬਾਰੇ ਜਿਵੇਂ ਇਹ ਜਾਣਕਾਰੀ ਆਪਾਂ ਨੂੰ ਹੋਰ ਜ਼ਿਆਦਾ ਮਿਲੇਗੀ ਤੁਹਾਨੂੰ ਇਸ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਬਾਕੀ ਇਸ ਬੋਨਸ ਨੂੰ ਅਪਲਾਈ ਕਰਨ ਦੇ ਵਾਸਤੇ ਡੇਟ ਹੈ ਜੀ ਤਕਰੀਬ ਤੀਹ ਦਮੰਦਾ ਜਿਹੜਾ ਇਹ ਜੀ ਤੁਸੀਂ ਇਸ ਵਾਲਿਆਂ ਦੇ ਕੋਲ ਜਾ ਕੇ ਕਰ ਸਕਦੇ ਹੋ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ